पूछ के करना फिर आगे पीछे हो जाएगा। तोड़ गया सर की रिकवरी है कि कपूरथला पुलिस दी एक जिद्दां मैं दस्या भी DGP पंजाब श्री धनकर गुप्ता जी पंजाब गवर्नमेंट वालों ऑलरेडी जिहड़ा ड्रग नूं एलीमिनेट करन लई कंपेन चलाई गई है उहदे विच ही अज अर्ली मॉर्निंग कपूरथला पुलिस नूं भी बड़ी वड्डी सफलता मिली है जदों साडे डिटेक्टिव स्टाफ ने हाईटैक नाका ढिलवां दे उपर एक ट्रक और एक वरना कार नूं रोक के उहनां दे बंदियां दी परसनल सर्च और गड्डियां दी सर्च दे विचों 20 किलो 20 kg जिहड़ी हैगी आ उह हैरोइन जिहड़ी आ उह पैकेट उह रिकवर कीते आ ते दो बंदे अरैसट किए गए आ एक बंदा डिस्ट्रिक्ट हुशियारपुर नूं बिलोंग करता हैगा ਅਤੇ ਦੂਸਰਾ ਬੰਦਾ ਜਿਹੜਾ ਹੈਗਾ ਉਹ ਡਿਸਟ੍ਰਿਕਟ ਜਲੰਧਰ ਸ਼ਹਿਰ ਸਿਟੀ ਨੂੰ ਬਿਲੋਂਗ ਕਰਦਾ ਹੈਗਾ। ਸਰ ਇਹ 'ਚ ਜੇਲ੍ਹ ਦਾ ਤੁਸੀਂ ਜ਼ਿਕਰ ਕੀਤਾ ਹੈ ਇਹ ਨੈਕਸਸ ਕਿੱਥੋਂ ਬਣਿਆ ਔਰ ਕਿੱਥੇ ਕਿਹੜੇ ਰੂਟ ਆਫ ਤੋਂ ਕੰਮ ਕਰ ਰਿਹਾ ਸੀਗਾ? ਜੋ ਪ੍ਰਲਿਮਨਰੀ ਹੁਣ ਤੱਕ ਦੀ ਇਹਨਾਂ ਨੇ ਤਫਤੀਸ਼ ਅਸੀਂ ਕੀਤੀ ਆ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜਾ ਇਹ ਪੀਟਰ ਮਸੀਹ ਦੰਬਸਤੀ ਦਾਨਿਸ਼ਮੰਦਾ ਦਾ ਅਕਿਊਜ਼ਡ ਹੈਗਾ ਜਲੰਧਰ ਦਾ ਉਹਦਾ ਅੱਗੇ ਜਿਹੜਾ ਸੰਬੰਧ ਸੀਗਾ ਉਹ ਜੇਲ੍ਹ ਦੇ ਵਿੱਚ ਇੱਕ ਗੈਂਗਸਟਰ ਹੈਗਾ ਪ੍ਰੀਤ ਉਹਦਾ ਨਿਕਨੇਮ ਪ੍ਰੀਤ ਹੈਗਾ ਫਗਵਾੜਾ ਪ੍ਰੀਤ ਫਗਵਾੜੇ ਵਜੋਂ ਉਹਨੂੰ ਗੈਂਗਸਟਰਾਂ ਦੀ ਦੁਨੀਆ 'ਚ ਜਾਣਿਆ ਜਾਂਦਾ ਜਿਹੜਾ ਆਲਰੇਡੀ ਅਰੈਸਟਡ ਹੈਗਾ ਹੁਣ ਉਹ ਜਿਹੜਾ ਫਿਰੋਜ਼ਪੁਰ ਜੇਲ੍ਹ 'ਚ ਹੈਗਾ ਇਹ ਪਹਿਲਾਂ ਜਿਹੜਾ ਪੀਟਰ ਔਰ ਜਿਹੜਾ ਪ੍ਰੀਤ ਹੈਗਾ ਇਹਨਾਂ 'ਤੇ ਇੱਕ ਇਕੱਠਾ ਕੇਸ ਸੀਗਾ ਜਿਹਦੇ ਵਿੱਚ ਜੇਲ੍ਹ ਦੇ ਵਿੱਚ ਪਹਿਲਾਂ ਇਕੱਠੇ ਸੀਗੇ ਉੱਥੋਂ ਇਹਨਾਂ ਦੀ ਆਪਸ ਦੇ ਵਿੱਚ ਵਾਕਫੀਅਤ ਹੋ ਗਈ ਉਹ ਜਿਹੜਾ ਇਹ ਬੇਲ ਆਊਟ ਹੋ ਕੇ ਬਾਹਰ ਆ ਗਿਆ ਜਿਹੜਾ ਦੂਜਾ ਗੈਂਗਸਟਰ ਸੀਗਾ ਉਹ ਜੇਲ੍ਹ 'ਚ ਸੀਗਾ ਅਤੇ ਇਹਨੇ ਦੱਸਿਆ ਪੀਟਰ ਨੇ ਵੀ ਉਹਦੀ ਇੰਸਟਰਕਸ਼ਨਸ ਦੇ ਉੱਪਰ ਮੈਂ ਇਹ ਕੰਮ ਕਰ ਰਿਹਾ ਸੀਗਾ। ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਤਾਂ ਅਸੀਂ ਆਲਰੇਡੀ ਜੋ ਦੱਸਦੇ ਹਾਂ ਵੀ 1 kg 5 crore ਰੁਪਏ ਦਾ ਐਸਟੀਮੇਟਡ ਰੇਟ ਹੁੰਦਾ ਇਟ ਕੈਨ ਬੀ ਡਿਫਰ ਐਟ ਐਨੀ ਪਲੇਸ ਮਤਲਬ ਕਿਤੇ ਕਿਸੇ ਕੰਟਰੀ 'ਚ ਕੋਈ ਹੋ ਸਕਦਾ ਕਿਸੇ 'ਚ ਕੋਈ ਹੋ ਸਕਦਾ ਬਟ ਜੋ ਅਮੂਮਨ ਕਿਹਾ ਜਾਂਦਾ ਉਹ ਇਸੇ ਮੁਤਾਬਕ ਇਹ 20 kg ਦੀ 5 ਦੇ ਹਿਸਾਬ ਨਾਲ ਤੁਹਾਡੀ 100 crore ਬਣ ਜਾਂਦੀ। ਸਰ ਇਹਦੇ ਵਿੱਚ ਬਹੁਤ ਵੱਡਾ ਤੁਸੀਂ ਰਿਕਵਰੀ ਕੀਤੀ ਹੈ ਇਹਦੇ ਵਿੱਚ ਕਿਤੇ ਇਹ ਵੀ ਹੋ ਸਕਦਾ ਕਿ ਜਿਹੜੀ ਫੰਡਿੰਗ ਹੈ ਕਿਤੇ ਗੈਂਗਸਟਰ ਐਕਟੀਵਿਟੀਜ਼ ਨੂੰ ਵੀ ਫੰਡਸ ਕਰਦੇ ਹੋਣ? ਦੇਖੋ ਆਲਰੇਡੀ ਜਿਹੜਾ ਗੈਂਗਸਟਰਸ ਦੇ ਅਗੇਂਸਟ ਪੰਜਾਬ ਗਵਰਨਮੈਂਟ ਜਿਸ ਦਿਨ ਦੀ ਗਵਰਨਮੈਂਟ ਬਣੀ ਆ ਉਸ ਦਿਨ ਦੀਆਂ ਇੰਸਟਰਕਸ਼ਨਸ ਬੜੀਆਂ ਕਲੀਅਰ ਹੈ ਵੀ 0 tolerance ਹੈਗੀ। ਬਹੁਤ ਵੱਡੇ ਨਾਮੀ ਗੈਂਗਸਟਰ ਜਿਹੜੇ ਹੈਗੇ ਆ ਉਹ ਜੇਲ੍ਹਾਂ 'ਚ ਬੰਦ ਹੈਗੇ ਆ ਜਾਂ ਉਹ ਕਿਤੇ ਇਨਕਾਊਂਟਰਸ ਹੋ ਗਏ ਪੁਲਿਸ ਦੇ ਨਾਲ ਅਤੇ ਬਿਲਕੁਲ ਇੱਕਾ ਦੁੱਕਾ ਗੈਂਗਸਟਰ ਰਹਿ ਗਏ ਹੈਗੇ ਆ ਬਟ ਜਿਹੜਾ ਬੰਦਾ ਹੁਣ ਜੇਲ੍ਹ 'ਚ ਜਾ ਕੇ ਵੀ ਇਹ ਕੰਮ